ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਲਗਾਤਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਹਰ ਰੋਜ਼ ਉਹ ਮੋਤੀ ਮਹਿਲ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਉਹਨਾਂ ਨੂੰ ਰੋਕ ਲੈਂਦੀ ਹੈ। ਇਸ ਦੌਰਾਨ ਅਕਸਰ ਉਹਨਾਂ ਨਾਲ ਧੱਕਾ ਮੁੱਕੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਅੱਜ ਦੀ ਜੋ ਤਾਜ਼ਾ ਖਬਰ ਸਾਹਮਣੇ ਆਈ ਹੈ ਉਸ ਅਨੁਸਾਰ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਧਰਨਾਕਾਰੀਆਂ ਵੱਲੋਂ ਛਲਾਂਗ ਮਾਰ ਦਿੱਤੀ ਗਈ ਹੈ। ETT 2364 ਸਿਲੈਕਟਡ ਅਧਿਆਪਕਾਂ ਵੱਲੋਂ ਅੱਜ ਪਟਿਆਲਾ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਵੱਡੀ ਤਾਦਾਦ 'ਚ ਅਧਿਆਪਕ ਪਟਿਆਲਾ ਪਹੁੰਚੇ ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਰਕਾਰ ਵੱਲੋਂ ਵਾਰ ਵਾਰ ਮੀਟਿੰਗ ਦੇ ਬਾਵਜੂਦ ਜਦੋਂ ਗੱਲ ਨਹੀਂ ਬਣੀ ਤਾਂ ਅਧਿਆਪਕਾਂ ਦਾ ਇੱਕ ਜਥਾ ਪਸਿਆਣਾ ਵਿਖੇ ਭਾਖੜਾ ਦੇ ਪੁਲ ਤੇ ਪਹੁੰਚ ਗਿਆ ਜਿੱਥੇ ਇੱਕ ਅਧਿਆਪਕ ਵੱਲੋਂ ਭਾਖੜਾ ਵਿੱਚ ਛਲਾਂਗ ਮਾਰ ਦਿੱਤੀ ਗਈ। ਲੇਕਿਨ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਸਥਿਤੀ ਨੂੰ ਵੇਖਦਿਆਂ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ਨੇ ਛਲਾਂਗ ਮਾਰਨ ਵਾਲੇ ਅਧਿਆਪਕ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ। ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਸਰਕਾਰ ਉਹਨਾਂ ਨੂੰ ਮੀਟਿੰਗਾਂ ਦੇ ਹੁਲਾਣੇ ਦੇ ਰਹੀ ਹੈ, ਲਾਰੇ ਲਗਾ ਰਹੀ ਹੈ, ਪਰ ਕੋਈ ਵੀ ਉਹਨਾਂ ਦੀ ਮੰਗ ਪੂਰੀ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਸਰ, ਮੇਰਾ ਨਾਮ ਅਮਰਜੀਤ ਗਲਾੜੀ ਹੈ। ਮੈਂ ਸਾਨੂੰ ਜਾਣ ਬੁੱਝ ਕੇ ਇੱਕ ਈਟੀਟੀ 2364 ਵਿੱਚ ਸਿਲੈਕਟਿਡ ਕੈਂਡੀਡੇਟ ਹਾਂ। ਸਰ, ਮਾਰਚ 2020 ਦੇ ਵਿੱਚ ਸਰਕਾਰ ਨੇ ਇੱਕ ETT ਦੀ ਛੋਟੀ ਜਿਹੀ ਭਰਤੀ ਕੱਢੀ ਸੀਗੀ 2364 ਦੀ। ਉਸ ਤੋਂ ਬਾਅਦ ਅਸੀਂ ਪੇਪਰ ਦਿੱਤਾ ਅਤੇ ਦਸੰਬਰ ਮਹੀਨੇ ਦੇ ਵਿੱਚ ਸਾਡੀ ਸਕਿਉਰਟਨੀ ਹੋ ਗਈ ਅਤੇ ਦਸੰਬਰ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਤਕਰੀਬਨ 8 ਮਹੀਨੇ ਬੀਤ ਗਏ, ਸਾਡੇ 21 ਸਾਥੀ ਨੂੰ ਨਿਯੁਕਤੀ ਪੱਤਰ ਨਹੀਂ ਜਾਰੀ ਕੀਤਾ ਗਿਆ। ਸਕੂਲ ਖਾਲੀ ਪਏ ਨੇ, ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ, ਟੀਚਰਾਂ ਦੀ ਬਹੁਤ ਜ਼ਿਆਦਾ ਕਮੀ ਹੈ। ਇਸ ਕਰਕੇ ਮਜਬੂਰੀ 'ਚ ਸਰਕਾਰ ਦੀ ਗੰਦੀਆਂ ਮਾਰੂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ। ਸਰ, ਜ਼ਿੰਦਗੀ ਦਾ ਅਸੀਂ ਮਤਲਬ ਇਹ ਪੇਪਰ ਕਲੀਅਰ ਕਰਨ ਤੋਂ ਪਹਿਲਾਂ ਵੀ ਆਰ ਦੀ ਪਾਰਟ ਆਫ ਪ੍ਰਾਈਵੇਟ ਸੈਕਟਰ, ਵੀ ਆਰ ਗਿਵਿੰਗ ਅਵਰ ਸਰਵਿਸਿਜ ਇਨ ਦੀ ਪ੍ਰਾਈਵੇਟ ਸਕੂਲਸ, ਆਫਟਰ ਦੈਟ ਵੀ ਆਰ ਫਾਈਟ ਫਰੋਮ ਦੀ ਪ੍ਰਾਈਵੇਟ ਸਕੂਲਸ, ਨਾਓ ਵੀ ਹੈਵ ਨਥਿੰਗ ਟੂ ਸਰਵਾਈਵ ਐਂਡ ਦੈਟ ਇਜ਼ ਦੀ ਓਨਲੀ ਰੀਜ਼ਨ ਵੀ ਵਾਂਟ ਟੂ ਡਾਈ। ਇਫ ਸਮਥਿੰਗ ਹੈਪਨਡ ਰੋਂਗ, ਦੀ ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ ਐਂਡ ਦੀ ਗੌਰਮੈਂਟ ਆਫ ਪੰਜਾਬ ਵਿਲ ਬੀ ਰਿਸਪੋਂਸੀਬਲ ਓਨਲੀ ਐਂਡ ਓਨਲੀ ਫੋਰ ਦੈਟ। ਸਰ, ਅੱਜ ਹੱਲਾ ਅਸੀਂ ਕਰਨ ਵਾਸਤੇ ਨਹੀਂ, ਅਸੀਂ ਮਰਨ ਵਾਸਤੇ ਆਏ ਹਾਂ। ਹੱਲਾ ਹੁੰਦੇ ਨੂੰ ਤਾਂ 8 ਮਹੀਨੇ ਹੋ ਗਏ, ਸਾਡੀ ਜਾਨ ਜਾਂਦੀ ਹੈ ਜਾਵੇ, ਸਾਨੂੰ ਕੋਈ ਪਰਵਾਹ ਨਹੀਂ। ਸਾਨੂੰ ਪ੍ਰਾਈਵੇਟ ਅਦਾਰਿਆਂ 'ਚੋਂ ਕੱਢ ਦਿੱਤਾ ਗਿਆ ਅਤੇ ਇਸਦਾ ਇੱਕ ਰੀਜ਼ਨ ਇਹ ਵੀ ਹੈਗਾ ਕਿ ਇਸ ਭਰਤੀ ਦੇ ਵਿੱਚ ਮੋਸਟਲੀ ਜਿਹੜੇ 50% ਤੋਂ ਜ਼ਿਆਦਾ ਨੇ ਉਹ SC ਕੈਂਡੀਡੇਟ ਲੱਗੇ ਹੋਏ ਨੇ, ਤਾਂ ਇਹ ਸਾਨੂੰ ਇਹ ਵੀ ਲੱਗ ਰਿਹਾ ਕਿ ਸਰਕਾਰ ਨਿਮਨ ਜਾਤੀ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਕਰ ਰਹੀ ਹੈ। ਅਸੀਂ ਤਾਂ ਨਾਮ ਵਿਕਰਮ ਸਿੰਘ ਹੈ ਜੀ, ਅਸੀਂ ਪੰਜਾਬ ਪਟਿਆਲੇ ਡਿਸਟ੍ਰਿਕਟ ਹੋਇਆ ਮੇਰਾ, ਅਸੀਂ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ। ਸਾਡੇ ਸਾਥੀ ਨਹਿਰਾਂ 'ਚ ਛਾਲਾਂ ਮਾਰਨ ਵਾਸਤੇ ਮਜਬੂਰ ਹੋ ਰਹੇ ਨੇ ਇਹ ਸਰਕਾਰ ਦੀ ਨਿਲੈਕੀ ਕਰਕੇ। ਸਰਕਾਰ ਨੇ ਸਾਡਾ 8 ਮਹੀਨਿਆਂ 'ਚ ਕੋਈ ਹੱਲ ਨਹੀਂ ਕੀਤਾ, ਸਾਨੂੰ ਮਜਬੂਰ ਕਰਤਾ ਇਹਨਾਂ ਨੇ, ਸਾਡੇ ਬੱਚੇ ਰੁਲ ਗਏ, ਅਸੀਂ ਭੁੱਖੇ ਮਰ ਰਹੇ ਹਾਂ, ਸਾਨੂੰ ਮਜਬੂਰ ਹੋਣਾ ਪੈ ਰਿਹਾ ਇਸ ਕਰਕੇ, ਤਾਂ ਹੀ ਇਹ ਕਦਮ ਚੁੱਕਣੇ ਪੈ ਰਹੇ ਨੇ। ਸਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਸਾਨੂੰ ਮਿੱਠੀ ਗੋਲੀਆਂ ਦੇ ਕੇ ਟਾਲ ਦਿੱਤਾ ਜਾਂਦਾ ਹੈ, ਸਾਨੂੰ ਮੀਟਿੰਗਾਂ ਮਿਲਦੀਆਂ ਨੇ, ਕੋਈ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ ਇਹਨਾਂ ਦਾ। ਸਾਡਾ ਰਣਨੀਤੀ ਇਹ ਹੈ ਜੀ, ਸਾਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਸਾਨੂੰ ਪੁਖਤਾ ਹੱਲ ਦੱਸਿਆ ਜਾਵੇ ਇਹਦਾ, ਬਈ ਕਦੋਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਸਾਨੂੰ ਜਦੋਂ ਤੱਕ ਡੇਟ ਨਹੀਂ ਦਿੱਤੀ ਜਾਂਦੀ ਅਸੀਂ ਨਹੀਂ, ਆਪਾਂ ਪੂਰੇ ਛਾਲਾਂ ਮਾਰਨ 'ਤੇ ਅਸੀਂ ਮਜਬੂਰ ਹਾਂ। ਸਾਡੇ ਸਾਥੀ ਸਾਰੇ ਅਸੀਂ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਲੜਾਂਗੇ। ਪਟਿਆਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।